ਮਦਨ ਲਾਲ ਜਲਾਲਪੁਰ ਜਿਹੜੇ ਕਾਂਗਰਸ ਦੇ ਸਾਬਕਾ MLA ਨੇ ਉਹ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿਸ ਤਰ੍ਹਾਂ ਉਹ ਭੱਜੇ ਜਾ ਰਹੇ ਨੇ, ਉਹਨਾਂ ਨੂੰ ਪਾਣੀ ਦੀਆਂ ਬਿਸ਼ਾਰਾਂ ਮਾਰੀਆਂ ਜਾ ਰਹੀਆਂ ਨੇ। ਕੀ ਹੈ ਜੀ ਸੱਚਾਈ ਕਿ ਕੱਲ ਜਦੋਂ ਉੱਥੇ ਪਹੁੰਚੇ ਆ ਨਾ MLA ਸਾਹਿਬ ਸਾਹਮਣੇ, ਜਦੋਂ ਬਾਰਡਰ ਤੇ ਪਹੁੰਚੇ ਆ ਬਿਲਕੁਲ ਅੱਗੇ ਪਹੁੰਚ ਕੇ ਮੁੰਡੇ ਕਹਿੰਦੇ ਜੀ ਅੱਗੇ ਜਾਣਾ, ਸਾਡੇ ਨਾਲ ਕੋਈ ਲੀਡਰ ਨੀ ਅੱਗੇ ਜਾਂਦਾ, ਪਿੱਛੇ ਸਾਰੇ ਫੋਟੋਆਂ ਖਿਚਾ ਕੇ ਚਲੇ ਜਾਂਦੇ ਆ ਜੀ, ਜੇ ਮੰਨਾਂਗੇ ਤਾਂ ਜੀ ਸਾਡੇ ਨਾਲ ਅੱਗੇ ਚੱਲੂਗੇ। ਕਈ ਚੈਨਲਾਂ ਤੇ ਲਿਖਿਆ ਜਾ ਰਿਹਾ, ਕਈ ਜਗ੍ਹਾ ਸੋਸ਼ਲ ਮੀਡੀਆ ਤੇ ਲਿਖਿਆ ਜਾ ਰਿਹਾ ਸਾਬਕਾ MLA ਮਦਨ ਲਾਲ ਦਾ ਖਟਾਪਾ। ਸਭ ਤੋਂ ਸਿਰੇ ਲੱਗ ਗਏ ਜੀ, ਜਿੱਥੇ ਮੇਨ ਹੈ ਉਹ ਜਦੋਂ ਸਿਰੇ ਲੱਗੇ ਤੇ ਮੁੰਡੇ ਹੋ ਗਏ 25-30-40 ਸੋਵੇ ਲਾ ਲਓ ਜੀ, ਉੱਥੇ ਇਕੱਠਾ ਹੋ ਗਿਆ। ਅੰਨਾ ਵੱਲੋਂ ਮਦਨ ਲਾਲ ਦਾ ਕਟਾਪਾ ਜਾਂ ਮਦਨ ਲਾਲ ਦਾ ਸਵਾਗਤ? ਸਾਡੇ ਪਿੰਡ ਦੀ ਆਰਤੀ ਟਰਾਲੀ ਸੀ ਉੱਥੇ, ਸਾਡੇ ਪਿੰਡ ਦੇ ਬੰਦੇ ਸੀਗੇ, ਸਾਡੇ ਹਲਕੇ ਦੇ ਬੰਦੇ ਆ, ਸਾਡਾ ਘੱਟੋ ਘੱਟ 2-3 ਹਜ਼ਾਰ ਬੰਦਾ ਉੱਥੇ ਹੈ ਜੀ। ਸਤਿ ਸ੍ਰੀ ਅਕਾਲ ਜੀ, ਮੈਂ ਮੋਹਨ ਮਕਬੂਲ, ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾਇਵਨ ਮੀਡੀਆ। ਦੋਸਤੋ, ਜੇ ਗੱਲ ਕਰੀਏ ਸੋਸ਼ਲ ਮੀਡੀਆ ਦੀ, ਸੋਸ਼ਲ ਮੀਡੀਆ ਤੇ ਕਈ ਵਾਰ ਅਕਸਰ ਐਸੀ ਵੀਡੀਓਜ਼ ਵਾਇਰਲ ਹੋ ਜਾਂਦੇ ਨੇ ਜਿਨ੍ਹਾਂ ਨੂੰ ਦੇਖ ਕੇ ਸੱਚ ਝੂਠ ਦਾ ਪਤਾ ਨਹੀਂ ਲੱਗਦਾ। ਇਸੇ ਤਰ੍ਹਾਂ ਦਾ ਵੀਡੀਓ ਇੱਕ ਅੱਜ ਵਾਇਰਲ ਹੋ ਰਿਹਾ ਹੈ। ਵੀਡੀਓ ਹੈ ਮਦਨ ਲਾਲ ਜਲਾਲਪੁਰ ਦਾ, ਜਿਹੜੇ ਕਾਂਗਰਸ ਦੇ ਸਾਬਕਾ MLA ਨੇ, ਉਹ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿਸ ਤਰ੍ਹਾਂ ਉਹ ਭੱਜੇ ਜਾ ਰਹੇ ਨੇ, ਉਹਨਾਂ ਨੂੰ ਪਾਣੀ ਦੀਆਂ ਬਿਸ਼ਾਰਾਂ ਮਾਰੀਆਂ ਜਾ ਰਹੀਆਂ ਨੇ, ਤੇ ਉੱਥੇ ਇਹਨੂੰ ਤੁਸੀਂ ਕੀ ਕਹੋਗੇ, ਕੀ ਸਮਝੋਗੇ ਉਹ ਵੀਡੀਓ ਨੂੰ ਦੇਖ ਕੇ? ਪਰ ਸੱਚਾਈ ਕੁਛ ਹੋਰ ਹੈ, ਪਰ ਇਹ ਸਾਰਾ ਕੁਛ ਹੈ ਜਿਹੜਾ ਉਹ ਸੱਚ ਨਹੀਂ ਹੈ। ਹੁਣ ਜੇ ਆਪਾਂ ਕਹੀਏ ਵੀ ਕਿਸਾਨਾਂ ਵੱਲੋਂ ਮਦਨ ਲਾਲ ਦਾ ਕਟਾਪਾ ਜਾਂ ਮਦਨ ਲਾਲ ਦਾ ਸਵਾਗਤ, ਤੋਂ ਪੂਰੀ ਤਹਿ ਤੱਕ ਜਾਣ ਲਈ ਅਸੀਂ ਗੱਲਬਾਤ ਕਰਨੀ ਚਾਹੀ ਮਦਨ ਲਾਲ ਜਲਾਲਪੁਰ ਦੇ ਨਾਲ, ਪਰ ਉਹਨਾਂ ਦੇ ਬੇਟੇ ਨੇ ਫੋਨ ਪਿੱਕ ਕੀਤਾ। ਫੋਨ ਤੇ ਕੀ ਗੱਲਬਾਤ ਹੋਈ ਹੈ ਪਹਿਲਾਂ ਤੁਸੀਂ ਉਹ ਸੁਣ ਲਓ। ਹੈਲੋ ਹੈਲੋ ਬਾਈ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। MLA ਸਾਹਿਬ, ਮਦਨ ਜੀ। ਹੈਲੋ ਮਦਨ ਜੀ, ਗੱਲ ਕਰਦੇ ਹੋ? ਬੇਟਾ ਬੋਲ ਰਹੇ ਜੀ ਉਹਨਾਂ ਦਾ। ਮੈਂ ਮਕਬੂਲ ਬੋਲਦਾ ਜੀ, ਏਵਨ ਮੀਡੀਆ ਚੈਨਲ ਤੋਂ, ਪਟਿਆਲੇ ਤੋਂ। ਹਾਂਜੀ ਹਾਂਜੀ, ਬੋਲੋ ਜੀ ਬੋਲੋ। ਇੱਕ ਵੀਡੀਓ ਆਈ ਸੀਗੀ ਜਿਹਦੇ ਵਿੱਚ ਇਹ ਕੁਛ ਪਾਣੀ ਦੀਆਂ ਬਿਸ਼ਾਰਾਂ ਕੀਤੀਆਂ ਜਾ ਰਹੀਆਂ ਜੀ, ਉਹ ਕੁਛ ਲੋਕ ਕਹਿ ਰਹੇ ਨੇ ਵੀ MLA ਸਾਹਿਬ ਦਾ ਕਟਾਪਾ ਸੋਸ਼ਲ ਮੀਡੀਆ ਤੇ। ਨਹੀਂ ਉਹ ਫੇਕ ਹੈ ਜੀ, ਨਾ ਭਾਈ। ਤੁਸੀਂ ਇਹਦੀ ਸੱਚਾਈ ਦੱਸੋ ਲੋਕਾਂ ਨੂੰ, ਫਿਰ ਮੈਂ ਟੈਲੀਕਾਸਟ ਕਰਨੀ ਹੈ ਜੀ। ਇਹੀ ਹੈ ਜੀ ਸੱਚਾਈ ਕਿ ਕੱਲ ਜਦੋਂ ਉੱਥੇ ਪਹੁੰਚੇ ਆ ਨਾ MLA ਸਾਹਿਬ ਸਾਹਮਣੇ, ਜਦੋਂ ਬਾਰਡਰ ਤੇ ਪਹੁੰਚੇ ਆ ਬਿਲਕੁਲ ਅੱਗੇ ਪਹੁੰਚ ਕੇ ਮੁੰਡੇ ਕਹਿੰਦੇ ਜੀ ਅੱਗੇ ਜਾਣਾ, ਸਾਡੇ ਨਾਲ ਕੋਈ ਲੀਡਰ ਨੀ ਅੱਗੇ ਜਾਂਦਾ, ਪਿੱਛੇ ਸਾਰੇ ਫੋਟੋਆਂ ਖਿਚਾ ਕੇ ਚਲੇ ਜਾਂਦੇ ਆ ਜੀ, ਜੇ ਮੰਨਾਂਗੇ ਤਾਂ ਜੀ ਸਾਡੇ ਨਾਲ ਅੱਗੇ ਚੱਲੂਗੇ। ਸਭ ਤੋਂ ਸਿਰੇ ਲੱਗ ਗਏ ਜੀ, ਜਿੱਥੇ ਮੇਨ ਹੈ ਉਹ ਜਦੋਂ ਸਿਰੇ ਲੱਗੇ ਤੇ ਮੁੰਡੇ ਹੋ ਗਏ 25-30-40 100 ਹੀ ਲਾ ਲਓ ਜੀ, ਉੱਥੇ ਇਕੱਠਾ ਹੋ ਗਿਆ, ਤੇ ਉਹ ਉਹਨਾਂ ਨੇ ਨਾਲ ਦੀ ਨਾਲ ਨਾ 5-7 ਉਹ ਖੇਡਦੇ ਗੈਸ ਦੇ ਕੋਲੇ, ਜਦੋਂ ਗੈਸ ਦੇ ਕੋਲੇ ਖੇਡੇ ਗੇਰੇ ਜਿਹੜੇ ਮੁੰਡਿਆਂ ਨੇ MLA ਸਾਹਿਬ ਨੂੰ ਲੈ ਕੇ ਗਏ ਸੀ, ਤੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ, ਉਹ ਕਹਿੰਦੇ ਵੀ MLA ਸਾਹਿਬ ਨੂੰ ਕੱਢੋ ਨਾਲ ਹੋ ਕੇ, ਵੀ ਕਿਤੇ ਵੀ ਆਪਾਂ ਲੈ ਤਾਂ ਆਏ ਆ ਵੀ ਚਲੋ ਉਹਦੇ ਗੋਲੇ ਗਿਰੇ ਆ, ਤੇ ਵੀ ਪਹਿਲਾਂ ਤਾਂ ਉੱਥੇ 1-2 ਗੋਲੇ ਚ ਤਾਂ ਬੈਠੇ ਰਹੇ ਆ, ਜਦੋਂ 3-4 ਗੋਲਾ ਲਗਾਤਾਰ ਗਿਰਦਾ ਹੀ ਰਿਹਾ ਫਿਰ ਉਹਨਾਂ ਨੇ MLA ਸਾਹਿਬ ਨੂੰ ਫੜਿਆ, ਤੇ ਇਹਨਾਂ ਨੂੰ ਕਿਉਂਕਿ ਅੱਖਾਂ ਚ ਪੈ ਗਈ ਆ ਉਹ, ਉਹਨਾਂ ਨੇ ਉਹ
ਉਹ ਤਿਆਰੀ ਚ ਸੀਗੇ, ਤਿਆਰੀ ਚ ਨੀ ਸੀਗੇ, ਮੁੰਡਿਆਂ ਨੇ ਮੂੰਹ ਮਾਰ ਢੱਕੇ ਸੀ, ਇਹਨਾਂ ਨੇ ਨੀ ਢੱਕੇ ਸੀਗੇ। ਤੇ ਉਹ ਜਦੋਂ ਐਮਐਲਏ ਸਾਹਿਬ ਦੀਆਂ ਅੱਖਾਂ ਬੰਦ ਹੋ ਗਿਆ, ਫੜ ਕੇ ਲੈ ਕੇ ਆ ਰਹੇ ਸੀਗੇ ਵੀ ਤੁਸੀਂ ਇੱਧਰ ਨੂੰ ਆਓ ਸਾਡੇ ਨਾਲ। ਉਹਨਾਂ ਨੇ ਫਟਾਫਟ ਦੂਜੇ ਮੁੰਡਿਆਂ ਨੇ ਜਿਹੜੇ ਉੱਥੇ ਸੇਵਾ ਕਰ ਰਹੇ ਉਹਨਾਂ ਨੇ ਪਾਣੀ ਪਾਇਆ ਐਮਐਲਏ ਸਾਹਿਬ ਤੇ ਸਾਫ ਕਰਨ ਵਾਸਤੇ। ਉਦੋਂ ਉਹਨੂੰ ਨਿਊਟਰਲਾਈਜ਼ ਕਰਦੀ ਹੈ ਜਿਹੜੀ ਉਹ ਉਹਦੀ ਮਰਚਾੜ ਨਾ ਲਵੇ। ਤੇ ਬਸ ਉਸੇ ਵੀਡੀਓ ਨੂੰ ਜਿਹੜਾ ਹੈਗਾ ਉਹਨਾਂ ਨੇ ਤਾਂ ਬਹੁਤ ਵੈਲਕਮ ਕੀਤਾ, ਬਲਕਿ ਸਾਡੇ ਕੋਲ ਕੁਛ ਜਥੇਬੰਦੀਆਂ ਦੀਆਂ ਵੀਡੀਓ ਹੈਗੀਆਂ, ਐਮਐਲਏ ਸਾਹਿਬ ਨਾਲ ਖੜੇ ਆ ਤੇ ਉਹ ਕਹਿ ਰਹੇ ਆ ਜੀ ਵੀ ਅਸੀਂ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਇੱਥੇ ਪਹੁੰਚੇ ਆ। ਸਿੱਧੂਪੁਰ ਜਥੇਬੰਦੀ ਦੇ ਕਈ ਬੰਦਿਆਂ ਨੇ ਕਿਹਾ ਸਾਡੇ ਪਿੰਡ ਦੀ ਆਪਦੀ ਟਰਾਲੀ ਸੀ, ਉੱਥੇ ਸਾਡੇ ਪਿੰਡ ਦੇ ਬੰਦੇ ਸੀਗੇ, ਸਾਡੇ ਹਲਕੇ ਦੇ ਬੰਦੇ ਆ, ਸਾਡਾ ਘੱਟੋ ਘੱਟ 2-3 ਹਜ਼ਾਰ ਬੰਦਾ ਉੱਥੇ ਆ ਜੀ, ਲੰਗਰ ਲਾਇਆ ਹੋਇਆ ਸਾਡੇ ਹਲਕੇ ਦੇ ਮੁੰਡਿਆਂ ਨੇ, ਉਹਨਾਂ ਨੇ ਬੁਲਾਇਆ ਸੀ, ਆਪ ਬੁਲਾਇਆ ਸੀ ਐਮਐਲਏ ਸਾਹਿਬ, ਉੱਥੇ ਬਿਨਾਂ ਬੁਲਾਏ ਨੀ ਗਏ ਸੀਗੇ, ਉਹਨਾਂ ਨੇ ਬੁਲਾਇਆ ਸੀਗਾ, ਉਹਨਾਂ ਦੇ ਬੁਲਾਉਣ ਤੇ ਅਸੀਂ ਤਾਂ ਸਮਰਥਨ ਦੇਣ ਗਏ ਹਾਂ। ਦੇਖੋ ਕੀ ਗੱਲਬਾਤ ਹੋਈ ਹੈ, ਕਹਿੰਦੇ ਵੀ ਲੀਡਰ ਕਹਿੰਦੇ ਨੇ ਸਾਡੇ ਕੋਲ ਹਾਲ ਤੱਕ ਕੋਈ ਪੋਲੀਟੀਕਲ ਲੀਡਰ ਨਹੀਂ ਆਇਆ, ਜਿਹੜੇ ਨੌਜਵਾਨ ਕਹਿੰਦੇ ਨੇ ਜਾਂ ਕਿਸਾਨ ਕਹਿੰਦੇ ਨੇ। ਉਸੇ ਨੂੰ ਲੈ ਕੇ ਗੱਲਬਾਤ ਹੋਈ, ਉਹਨਾਂ ਦੇ ਬੇਟੇ ਨੇ ਦੱਸਿਆ ਵੀ ਇੱਥੋਂ ਸਾਰੇ ਆ ਕੇ ਮੁੜ ਜਾਂਦੇ ਆ, ਅੱਗੇ ਕੋਈ ਨੀ ਵੱਧਦਾ ਕਿਉਂਕਿ ਜਾਨ ਸਾਰਿਆਂ ਨੂੰ ਪਿਆਰੀ ਹੈ। ਮਦਨ ਲਾਲ ਜਲਾਲਪੁਰ ਨੇ ਸੀਨਾ ਚੌੜਾ ਕਰਕੇ ਕਿਹਾ ਵੀ ਮੈਂ ਤੁਹਾਡੇ ਨਾਲ ਚੱਲੂਗਾ। ਪਹੁੰਚ ਜਾਂਦੇ ਨੇ ਸਿਰੇ ਤੇ ਜਾ ਕੇ ਪਹਿਲਾਂ 2-4 ਜਿਹੜੇ ਅਥਰੂ ਗੈਸ ਦੇ ਗੋਲੇ ਜਿਨ੍ਹਾਂ ਨੂੰ ਬੰਬ ਕਹਿੰਦੇ ਸੁੱਟੇ ਜਾਂਦੇ ਨੇ, ਪਰ ਉੱਥੋਂ ਨਹੀਂ ਵਾਪਸ ਆਉਂਦੇ। ਜਦੋਂ ਜ਼ਿਆਦਾ ਇੱਕ ਬੰਬਾਰੀ ਹੁੰਦੀ ਹੈ ਤੇ ਮਦਨ ਲਾਲ ਜਲਾਲਪੁਰ ਦੇ ਆ ਕੇ ਵੀ ਅੱਖਾਂ ਦੇ ਵਿੱਚ ਪੈ ਜਾਂਦੀ ਹੈ, ਤਾਂ ਨੌਜਵਾਨਾਂ ਨੇ ਜਿਹੜੇ ਉੱਥੇ ਲੈ ਕੇ ਗਏ ਸੀ ਉਹਨਾਂ ਨੇ ਜ਼ਿੰਮੇਵਾਰੀ ਸਮਝਦੇ ਹੋਏ, ਕਿਸਾਨਾਂ ਨੇ ਜ਼ਿੰਮੇਵਾਰੀ ਸਮਝਦੇ ਹੋਏ ਉਹਨੂੰ ਸੁਰੱਖਿਅਤ ਉੱਥੋਂ ਕੱਢਿਆ। ਜਿੱਥੇ ਪ੍ਰੋਬਲਮ ਆਈ ਪਿੰਡੇ ਦੇ ਉੱਤੇ ਖਾਜ ਹੋਣ ਲੱਗੀ, ਅੱਖਾਂ ਬੰਦ ਹੋਣ ਲੱਗੀਆਂ, ਤਾਂ ਪਾਣੀ ਦੀਆਂ ਬੁਛਾਰਾਂ ਪਾਈਆਂ ਗਈਆਂ। ਦੇਖੋ ਦੋਸਤੋ ਕਿਸ ਤਰ੍ਹਾਂ ਸਾਡੇ ਕਿਸਾਨਾਂ ਨੂੰ ਵੀ ਬਦਨਾਮ ਕੀਤਾ ਜਾਂਦਾ ਤੇ ਕਈ ਵਾਰ ਵਿਰੋਧੀ ਲੋਕ ਐਸੇ ਨੇ ਜਿਹੜੇ ਲੀਡਰਾਂ ਨੂੰ ਵੀ ਬਦਨਾਮ ਕਰਦੇ ਨੇ ਵੀ ਕਟਾਪਾ ਹੋ ਗਿਆ, ਆਹ ਹੋ ਗਿਆ ਜਾਂ ਵਾਹ ਹੋ ਗਿਆ। ਮਦਨ ਲਾਲ ਜਲਾਲਪੁਰ ਐਸੇ ਲੀਡਰ ਨੇ ਜਿਹੜੇ ਅਕਸਰ ਜਿੱਥੇ ਵੀ ਕੋਈ ਕਿਸਾਨ ਹੋਵੇ ਜਾਂ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਜ਼ਰੂਰਤ ਹੋਵੇ ਉੱਥੇ ਅੜ ਕੇ ਖੜਨ ਵਾਲੇ ਇਨਸਾਨ ਨੇ। ਅੱਜ ਵੀ ਇਸੇ ਤਰ੍ਹਾਂ ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਜੋ ਸਾਰਾ ਕੁਛ ਕਿਸਾਨਾਂ ਦੇ ਨਾਲ ਹੋ ਰਿਹਾ ਸਭ ਜਗ ਜ਼ਾਹਿਰ ਹੈ, ਆਪਣੀ ਜ਼ਿੰਮੇਵਾਰੀ ਸਮਝਦੇ ਹੋਏ। ਇੱਕ ਪੋਲੀਟੀਕਲ ਨੇਤਾ ਜਿਹੜਾ ਉਹਦੀ ਜ਼ਿੰਮੇਵਾਰੀ ਬਣਦੀ ਹੈ ਵੀ ਮੈਂ ਆਪਣੇ ਲੋਕਾਂ ਦੀ ਸਾਰ ਲਵਾਂ, ਉੱਥੇ ਕਈ ਹਜ਼ਾਰ ਲੋਕ ਹੋ ਸਕਦਾ ਉਹਨਾਂ ਦੀ ਕੰਸਟੀਚੁਐਂਸੀ ਚੋਂ ਵੀ ਗਏ ਹੋਣ, ਉਹਨਾਂ ਨੇ ਆਪਣਾ ਫਰਜ਼ ਨਿਭਾਇਆ। ਪਰ ਦੂਸਰੇ ਪਾਸੇ ਜੇ ਆਪਾਂ ਦੇਖੀਏ ਤਾਂ ਸਾਰਾ ਕੁਛ ਕਿਸਾਨਾਂ ਦੇ ਨਾਲ ਕਿਸ ਤਰ੍ਹਾਂ ਧੱਕਾ ਹੋ ਰਿਹਾ, ਉੱਥੇ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਅੱਜ ਜ਼ਰੂਰਤ ਹੈ।